ਦੀ ਸਰਕਾਰ ਵੱਲੋਂ ਭਗਵੰਤ ਮਾਨ ਹੁਣੀ ਮਤਾ ਲੈ ਕੇ ਆਏ ਸੀ ਉਹ ਮਤੇ ਨੂੰ ਮੁੰਡੋਂ ਰੱਦ ਕੀਤਾ ਜਨਰਲ ਹਾਊਸ ਨੇ ਔਰ ਸਰਬਸੰਮਤੀ ਦੇ ਨਾਲ ਕੀਤਾ ਇਸ ਮਤੇ ਨੂੰ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਸੀ ਰੱਦ ਕੀਤਾ ਕਿਉਂਕਿ ਇੱਕ ਉਹਨਾਂ ਦੇ ਹੱਕ ਦੇ ਵਿੱਚ ਕੋਈ ਕਾਨੂੰਨ ਨਹੀਂ ਸੀ ਹਥਿਆਉਣ ਦਾ ਯਤਨ ਕਰ ਰਹੇ ਆ ਜਿਹੜੇ ਬਾਬੂ ਅਰਵਿੰਦ ਕੇਜਰੀਵਾਲ ਜੀ ਦਿੱਲੀ ਬੈਠੇ ਆ ਉਹਨਾਂ ਦੀ ਕੱਠਪੁਤਲੀ ਬਣ ਕੇ ਉੱਥੇ ਨੂੰ ਜਹਾਜ਼ ਲੈ ਕੇ ਜਾਂਦਾ ਉਹ ਫਿਰ ਡਾਇਰੈਕਸ਼ਨਾਂ ਦਿੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਿਹੜਾ ਵਿਸ਼ੇਸ਼ ਅਜਲਾਸ ਸੀਗਾ ਉਹਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜਾ ਪਿਛਲੇ ਦਿਨੀ ਇੱਕ ਪਾਰ ਅਸੈਂਬਲੀ ਦੇ ਵਿੱਚ ਆਪ ਦੀ ਸਰਕਾਰ ਵੱਲੋਂ ਭਗਵੰਤ ਮਾਨ ਹੁਣੀ ਮਤਾ ਲੈ ਕੇ ਆਏ ਸੀ ਉਹ ਮਤੇ ਨੂੰ ਮੁੰਡੋਂ ਰੱਦ ਕੀਤਾ ਜਨਰਲ ਹਾਊਸ ਨੇ ਔਰ ਸਰਬਸੰਮਤੀ ਦੇ ਨਾਲ ਕੀਤਾ ਸਾਰੇ ਜਿੰਨੇ ਵੀ ਮੈਂਬਰ ਸਾਹਿਬਾਨ ਹਾਜ਼ਰ ਸੀ ਕਈ ਵਿਚਾਰਧਾਰਕ ਤੌਰ 'ਤੇ ਕਈ ਵੱਖ ਹੋ ਜਾਂਦੇ ਆ ਜਿੱਤੇ ਤਾਂ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਟਿਕਟਾਂ 'ਤੇ ਹੀ ਸੀਗੇ ਪਰ ਉਹਨਾਂ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਇੱਕ ਮਤ ਆ ਸਾਰਾ ਹੀ ਔਰ ਇੱਕ ਮਤ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਜੁਰਿਸਡਿਕਸ਼ਨ ਆ ਸਿੱਖਾਂ ਦੀ ਇਹ ਪਾਰਲੀਮੈਂਟ ਆ ਇਹਨੂੰ ਅਧਿਕਾਰ ਆ ਕਿ ਕੋਈ ਵੀ ਸੰਸ਼ੋਧਨ ਹੋਣਾ ਅਮੈਂਡਮੈਂਟ ਹੋਣੀ ਆ ਉਹ ਕਿਸੇ ਨੂੰ ਕੋਈ ਅਧਿਕਾਰ ਨਹੀਂ ਸਟੇਟ ਨੂੰ ਤਾਂ ਬਿਲਕੁਲ ਇਹ ਨਹੀਂ ਅਤੇ ਸੈਂਟਰ ਨੂੰ ਵੀ ਨਹੀਂ ਪਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ 2/3 ਮਜੋਰਟੀ ਦੇ ਨਾਲ ਮਤਾ ਪਾਸ ਕਰਕੇ ਭੇਜੇ ਅਤੇ ਤਾਂ ਉਹ ਸਿਰੇ ਚੜ੍ਹ ਸਕਦਾ ਸੋ ਅੱਜ ਸਮੁੱਚੇ ਹਾਊਸ ਨੇ ਇਸ ਮਤੇ ਨੂੰ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਸੀ ਰੱਦ ਕੀਤਾ ਕਿਉਂਕਿ ਇੱਕ ਉਹਨਾਂ ਦੇ ਹੱਕ ਦੇ ਵਿੱਚ ਕੋਈ ਕਾਨੂੰਨ ਨਹੀਂ ਸੀ ਇਹ ਸਿਰਫ ਲੋਕਾਂ ਦੇ ਜਜ਼ਬਾਤਾਂ ਨੂੰ ਗਮਰਾਹ ਕਰਨ ਲਈ ਇੱਕ ਸਿਆਸੀ ਸਟੰਟ ਸੀਗਾ ਪਰ ਮੈਂ ਸਮਝਦਾ ਧਾਰਮਿਕ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਨ ਅਤੇ ਸਮੁੱਚੇ ਹਾਊਸ ਦਾ ਮੈਂ ਦਿਲ ਦੀਆਂ ਡਿਗਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਪੰਥਕ ਲੀਹਾਂ ਨੂੰ ਅੱਜ ਸਵੀਕਾਰ ਕੀਤਾ ਇਸ ਮਤੇ ਨੂੰ ਮੁੰਡੋਂ ਰੱਦ ਕੀਤਾ ਔਰ ਨਾਲ ਦੀ ਨਾਲ ਇਹ ਵੀ ਅੱਜ ਇੱਕ ਮਤਾ ਪਾਸ ਹੋਇਆ ਕਿ ਅਸੀਂ ਆਪਣੇ ਕਾਨੂੰਨੀ ਚਾਰਾਜੋਰੀ ਗਵਰਨਰ ਸਾਹਿਬ ਹੋਮ ਮਿਨਿਸਟਰ ਇੰਡੀਆ ਦੇ ਉਹਨਾਂ ਨੂੰ ਵੀ ਮਿਲਾਂਗੇ ਅਤੇ ਜੇ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਵਿੱਚੋਂ ਅਸੀਂ ਸਫਲ ਹੋਏ ਨਹੀਂ ਤਾਂ ਫਿਰ ਪੁਰਾਤਨ ਰਵਾਇਤਾਂ ਮੁਤਾਬਕ ਇਹ ਇੱਕ ਗੱਲ ਕਹਿਣ ਦੀ ਨਹੀਂ ਹੋਊਗੀ ਉਹ ਪੁਰਾਤਨ ਰਵਾਇਤਾਂ ਮੁਤਾਬਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਉਹਦੀ ਜਥੇ ਦੀ ਗਿਣਤੀ ਨਿਰਧਾਰਿਤ ਕਰਾਂਗੇ ਉਹ ਇੱਥੋਂ ਅਰਦਾਸ ਕਰਕੇ ਢੋਲਕੀਆਂ ਛਾਣੇ ਖੜਕਾਉਂਦੇ ਇੱਕ ਆਪਾਂ ਸਥਾਨ ਨਿਯੁਕਤ ਕਰਾਂਗੇ ਉੱਥੇ ਹਰ ਇੱਕ ਹਲਕੇ ਦੇ ਮੈਂਬਰ ਅਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਉਹ ਰੋਜ਼ ਇੱਕ ਜਥਾ ਇੱਥੋਂ ਜਾਇਆ ਕਰੂਗਾ ਉਹ ਅਮਨਪੁਰ ਸ਼ਾਂਤੀ ਦੇ ਨਾਲ ਆਪਣਾ ਪ੍ਰੋਟੈਸਟ ਜਾਰੀ ਕਰੂਗਾ ਮੈਂ ਚਾਹੁੰਦਾ ਨਹੀਂ ਭਾਰਤ ਸਰਕਾਰ ਨੂੰ ਵੀ ਮੰਗ ਕਰਦਾ ਕਿ ਜਿਸ ਕਾਨੂੰਨ ਦਾ ਸਹਾਰਾ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੋਧਾਂ ਕੀਤੀਆਂ ਕਰਨ ਦਾ ਯਤਨ ਕੀਤਾ ਇਹਨਾਂ ਨੂੰ ਤੁਰੰਤ ਵਾਪਸ ਲਵੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਉਹਨਾਂ ਨੂੰ ਵੀ ਗੁਜ਼ਾਰਿਸ਼ ਕਿ ਇਹਨੂੰ ਇਹ ਰੱਦ ਕਰਨ ਅਤੇ ਦੂਸਰਾ ਇਹਦੇ ਵਿੱਚ ਇਹ ਆਪਾਂ ਅੱਜ ਕਈ ਵਾਰੀ ਸੋਚਦੇ ਹਾਂ ਇਹ ਆਪ ਦੀ ਸਰਕਾਰ ਦਾ ਜਿਹੜਾ ਇਹਦੇ ਪਿੱਛੇ ਮਨਸ਼ਾ ਕੀ ਆ ਉਹਦੇ ਪਿੱਛੇ ਮਨਸ਼ਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਥਿਆਉਣ ਦਾ ਯਤਨ ਕਰ ਰਹੇ ਆ ਜਿਹੜੇ ਬਾਬੂ ਅਰਵਿੰਦ ਕੇਜਰੀਵਾਲ ਜੀ ਦਿੱਲੀ ਬੈਠੇ ਆ ਉਹਨਾਂ ਦੀ ਕੱਠਪੁਤਲੀ ਬਣ ਕੇ ਉੱਥੇ ਨੂੰ ਜਹਾਜ਼ ਲੈ ਕੇ ਜਾਂਦਾ ਉਹ ਫਿਰ ਡਾਇਰੈਕਸ਼ਨਾਂ ਦਿੰਦੇ ਆ ਫਿਰ ਚੰਡੀਗੜ੍ਹ ਆ ਕੇ ਆਹ ਨਵੀਂ ਜਿਹੜੀ ਪਿਰਤ ਪਾਈ ਆ ਸਰਕਾਰਾਂ ਵਾਲੀ ਤਾਂ ਸੀਗੀ ਇਹ ਮੈਂ ਸਮਝਦਾ ਕੇਜਰੀਵਾਲ ਇਹਨਾਂ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਆ ਉਹਨਾਂ ਨੂੰ ਵੀ ਸੁਚੇਤ ਹੋਣਾ ਪਊਗਾ ਕਿ ਪੰਜਾਬ ਦੇ ਵਿੱਚ ਆਪਾਂ ਸਿੱਖ ਵਿਰੋਧੀ ਇਹੋ ਜਿਹੀਆਂ ਗਤੀਵਿਧੀਆਂ ਨਾ ਕਰੀਏ ਕਿ ਸਿੱਖਾਂ ਨੂੰ ਮਜਬੂਰ ਹੋਣਾ ਪਵੇ ਉਸ ਪੁਰਾਤਨ ਆਪਣੀਆਂ ਰਵਾਇਤਾਂ ਅਨੁਸਾਰ ਫਿਰ ਸੰਘਰਸ਼ ਜਦੋਂ ਸਿੱਖ ਗੁਰੂ ਕਾ ਕਰਦਾ
गुरु साहब जी फिर आप ही थानू तान बख्शिश कर।